ਹਾਏ ਸਨੈਲ, ਤੇਰੀ ਸੱਟ ਠੀਕ ਹੋ ਗਈ ਮੇਰੇ ਪੁੱਤ ਦੀ? ਹਾਂਜੀ। ਓਕੇ, ਇੰਨੀ ਕੁ ਰਹਿ ਗਈ। ਇੰਨੀ ਕੁ ਰਹਿ ਗਈ ਤੇ ਡੋਰ ਤਾਂ ਤੁਸੀਂ ਖੋਲ੍ਹਿਆ ਹੀ ਨਹੀਂ ਅੱਜ ਸਵੇਰ ਦਾ। ਬਾਹਰ ਪਤਾ ਕੀ ਕੁਛ ਪਿਆ ਦੱਸੋ? OMG, ਇੰਨੇ ਸਾਰੇ ਪਾਰਸਲ ਕੌਣ ਚੱਕੂਗਾ? ਨਹੀਂ ਤੁਸੀਂ। ਕਿਉਂ, ਟੋਏ ਤੇਰਾ ਪਾਰਸਲ ਮੈਂ ਚੱਕਾਂ? ਤੈਨੂੰ ਕਿਵੇਂ ਪਤਾ ਇਹਦੇ ਵਿੱਚ ਟੋਏ ਆ? ਹਾਂ ਹਾਂਜੀ, ਬੂਟ ਨਹੀਂ ਪਾਏ। ਬੂਟ ਤਾਂ ਪਾਏ ਨਹੀਂ, ਪਰ ਤੈਨੂੰ ਕਿਵੇਂ ਪਤਾ ਇਹਦੇ ਵਿੱਚ ਟੋਏ ਆ? ਮੈਂ ਤਾਂ ਤੈਨੂੰ ਕਿਹਾ ਇੰਨੇ ਦੇ ਵਿੱਚ ਟੋਏ ਆ। ਉਹ ਤਾਂ ਮੈਨੂੰ ਇੱਕ ਦਿਨ ਦੱਸਿਆ ਸੀ ਕਿ ਮੈਂ ਤੇਰੇ ਲਈ ਕੁਛ ਮੰਗਾਇਆ, ਮੇ ਬੀ ਇਹਦੇ ਵਿੱਚ ਹੋਵੇ। ਉਹ ਨੀਚੇ ਤੱਕ ਵੀ ਪਿਆ। ਓ ਮਾਈ ਗੁਡਨੈਸ, ਸ਼ਨਾਓ ਚੱਕੋ ਫਿਰ, ਦੇਖੋ ਕਿਹੜਾ ਚੱਕ ਸਕਦਾ ਤੁਸੀਂ। ਉਹ ਔਰੇਂਜ ਵਾਲਾ ਬਾਕਸ ਚੱਕ ਸਕਦਾ ਆਈ ਥਿੰਕ। ਹੇਅਰ ਯੂ ਗੋ। ਚਲੋ ਜੀ, ਆਏ ਚੱਕ ਲੈਂਦਾ, ਇਹ ਤਾਂ ਸਾਡਾ ਪੂਰਾ ਬਹਾਦਰ ਪੋਤਾ। ਅੰਦਰ ਲੈ ਕੇ ਜਾਈ। ਚਲੋ ਚਲੋ ਜੀ, ਖੋਲਾਂਗੇ ਸਾਰੇ ਪਾਰਸਲ ਖੋਲਾਂਗੇ। ਓ ਮਾਈ ਗੋਡ, ਇਹ ਵੀ ਚੱਕ ਲਿਆ? ਅੰਦਰ ਲੈ ਜਾਓ ਅੰਦਰ। ਇਹ ਨਹੀਂ ਚੱਕ ਕੇ ਜਾਣੇ ਤੇਰੇ ਤੋਂ ਪੁੱਤ, ਇਹ ਮੈਂ ਚੱਕ ਲੂੰਗੀ। ਹਾਂਜੀ, ਹੋਰ ਵੀ ਥੱਲੇ ਆ। ਓ ਚਲੋ। ਓਏ ਕੋਈ ਭਰ ਕੇ ਗੱਡੀ ਛੱਡ ਗਿਆ ਬਾਹਰ, ਦੇਖੋ ਹੈਂ, ਬਾਹਰ ਤਾਂ ਦੇਖੋ ਜਾ ਕੇ। ਕਮਾਲ ਕਰਤੀ ਇਹ, ਕੌਣ ਇੱਕ ਬੰਦੇ ਕੋਲ ਜਾ ਰਹੇ? ਇਹ ਤਾਂ ਆਪਣੇ ਘਰ ਹੀ ਆ ਗਏ ਸਾਰੇ ਐਡਮਿੰਟਨ ਦੇ ਪਾਰਸਲ। ਓਹੋ, ਇਹ ਸਾਰੇ ਆਪਣੇ ਆ? ਆਪਣੇ ਆ। 1 2 3 4 5 6 ਹੋਰ ਨਾ ਹੀ ਕਦੋਂ ਆ ਗਏ? ਇਹ ਆਪਾਂ ਟੀਮੂ ਦਾ ਨਹੀਂ ਸੀ ਕਰਨਾ, ਟੀਮੂ ਵਾਲੇ ਪਾਰਸਲ ਆ ਗਏ, ਆਪਾਂ ਖੋਲਾਂਗੇ ਸਾਰੇ ਜਣੇ। ਚਲੋ ਚਲੋ ਵਿਸ਼ਨਾ ਲੈ ਕੇ ਜਾਓ ਅੰਦਰ। ਪਤ ਅੱਡੇ ਅੱਡੇ ਪਾਰਸਲ ਆ ਗਏ ਨੇ, ਅੱਡੇ ਪਾਰਸਲ ਖੋਲਾਂਗੇ। ਅਸਕਰ ਇੱਧਰ ਆ ਜਾਓ। ਅੱਡੇ ਪਾਰਸਲ, ਚਲੋ ਵੀ ਭਾਰੀ ਨੇ ਕਿ ਠੀਕ ਠੀਕ ਆ? ਪਤਾ ਨਹੀਂ ਕੀ ਕੁਛ ਹੁਣ ਦੇਖਣਾ ਪੈਣਾ, ਆਪਾਂ ਖੋਲਦੇ ਹਾਂ। ਯੈਸ ਮੰਮੀ, ਅੱਜ ਆ ਦੇਖੋ ਔਰੇਂਜ ਲਫਾਫੇ ਦੀ ਪਛਾਣ ਹੈਗੀ ਵੀ ਟੀਮੂ ਦਾ ਸਮਾਨ ਆ ਗਿਆ। ਤੇ ਮੰਮੀ ਕਹਿਣਗੇ ਹਾਂ ਤੂੰ ਬਹੁਤ ਸਮਾਨ ਆਰਡਰ ਕਰਦੇ, ਘੱਟ ਕਰਿਆ ਕਰ, ਅਸੀਂ ਸਾਰਾ ਘਰ ਭਰਤਾ। ਪਰ ਹੁਣ ਮੈਂ ਨਾ ਥੋੜ੍ਹਾ ਜਿਹਾ ਕੰਮ ਦਾ ਸਮਾਨ ਹੀ ਮੰਮੀ ਮੰਗਾਇਆ ਐਤਕੀ, ਜਿਵੇਂ ਜਿਹੜਾ ਮੈਨੂੰ ਚਾਹੀਦਾ ਸੀਗਾ। ਤੇ ਇਹਦੇ ਵਿੱਚੋਂ ਨਾ ਮੈਂ ਤੁਹਾਨੂੰ ਦਿਖਾਉਂਦੀ ਹਾਂ, ਸਭ ਤੋਂ ਪਹਿਲਾਂ ਤਾਂ ਆਸਕਰ ਤੇਰੇ ਸ਼ੂ ਮੰਮੀ, ਦੇਖਿਓ ਕਿਵੇਂ ਲੱਗੇ ਤੁਹਾਨੂੰ। ਕੁਦਰਤੀ ਕੋਲੇ ਆ ਗਏ ਸਾਡੇ, ਮੈਂ ਕਿਹਾ ਚੱਲ ਆਹ ਇਹਦਾ ਖੇਡ ਲਾ ਚੇਪੀ। ਇੰਡੀਆ ਨਾ ਜਦੋਂ ਛੋਟੀ ਹੁੰਦੀ ਸੀ ਮੰਮੀ, ਆਹ ਜਿਹੜੀ ਚੇਪੀ ਜੀ ਹੁੰਦੀ ਸੀ, ਐਂ ਕਰਨ ਲੱਗੇ ਦਿਲ ਘੜਦਾ ਹੁੰਦਾ ਸੀ ਖਰਾਬ ਹੋ ਜੂਗੀ, ਮੈਂ ਬਾਹਲ ਆਉਂਦੀ ਸੀ ਖੋਲਦੀ ਹੁੰਦੀ, ਮੈਂ ਇੱਕ ਵਾਰੀ ਖੋਲ ਕੇ ਮਦਰ ਬੰਦ ਕਰ ਤੇ। ਸ਼ਨੈਲ ਹੋਰੀ ਇਹ ਸਾਰਾ ਦਿਨ ਖੋਲਦੇ ਰਹਿੰਦੇ ਨੇ, ਉਹਨੂੰ ਜਮੀ ਨਹੀਂ ਚੱਕਰ ਦੇ। ਆਲੇ ਅਸ਼ਕਰ ਖੇਡੂਗਾ ਇਹਦੇ ਨਾਲ, ਹਨਾ ਬਹੁਤ ਸੋਹਣੇ ਲੱਗੇਗਾ। ਤੁਸੀਂ ਇਹਦੇ ਵਿੱਚ ਸਾਰੇ ਸਾਈਜ਼ ਮੰਗਾ ਸਕਦੇ ਹੋ। ਪਹਿਲਾਂ ਮੈਂ ਵਧੀਆ ਵਧੀਆ ਚੀਜ਼ਾਂ ਤੁਹਾਨੂੰ ਦਿਖਾਉਂਦੀ ਜਿਹੜੀਆਂ ਮੈਨੂੰ ਯਾਦ ਹੈ ਤੁਹਾਨੂੰ। ਕਈ ਵਾਰ ਮੈਂ ਵਧੀਆ ਵਧੀਆ ਚੀਜ਼ਾਂ ਐਂਡ ਤੇ ਰੱਖ ਲੈਂਦੀ ਹਾਂ ਅਤੇ ਸਾਰੀ ਪੂਰੀ ਵੀਡੀਓ ਤੁਸੀਂ ਦੇਖਦੇ ਨਹੀਂ ਹੈਗੇ। ਅਤੇ ਟੀਮੂ ਤੋਂ ਵਧੀਆ ਸਮਾਨ ਮਿਲਦਾ, ਐਵੇਂ ਨਾ ਟੀਮੂ ਨੂੰ ਬਦਨਾਮ ਕਰਿਆ ਕਰੋ। ਆਹ ਦੇਖੋ ਇੰਡੀਆ ਨਾਲ ਦੀ ਜੁੱਤੀ ਸ਼ਨੈਲ ਦੀ ਮੰਮੀ, ਸਿਲਵਰ ਰੰਗ ਦੀ, ਹਨਾ ਤੁਸੀਂ ਇਹੋ ਜਿਹੀ ਕਹਿੰਦੇ? ਆਹ ਦੇਖੋ ਇਹ ਵਿਆਹ ਜਾਣ ਵਾਲੀ ਆ ਪੂਰੀ, ਹੁਣ ਆਪਾਂ ਨੂੰ ਇੱਕ ਹੋਰ ਵਿਆਹ ਆ ਰਿਹਾ ਉਦੋਂ ਪਾਊਗੀ ਇਹੋ ਜਿਹੀ। ਇੱਕ ਮੈਂ ਗੋਲਡਨ ਮੰਗਵਾਈ ਸੀ ਪਰ ਮੈਨੂੰ ਸਿਲਵਰ ਜ਼ਿਆਦਾ ਸੋਹਣੀ ਲੱਗੀ, ਹਨਾ ਮੰਮੀ। ਆਹ ਨਾਲ ਮੈਨੂੰ ਤਾਂ ਹੀਲਾਂ ਨੇ, ਦੇਖਿਓ ਹੀਲ ਜੇ ਵਧਾਉਣੀ ਆ ਮੈਨੂੰ ਲੱਗਦਾ, ਜੇ ਆਹ ਆਹ ਟੁੱਟ ਜਾਵੇ ਤਾਂ ਐਕਸਟਰਾ ਦਿੱਤੀ ਆ, ਹਨਾ। ਇਹ ਵੀ ਚੇਪੀ ਵਾਲੀ ਆ ਪਰ ਸ਼ਨੈਲ ਨੂੰ ਇਹ ਤਾਂ ਬਾਹਲਾ ਦੱਸਣਾ ਨਹੀਂ, ਉਹਨੇ ਤਾਂ ਖਰਾਬ ਕਰ ਦੇਣੀ। ਕਿਵੇਂ ਲੱਗੇ ਗਾਇਸ, ਦੇਖੋ ਕਲੋਜ਼ ਅਪ ਦੇਖੋ।
ਇਹ ਮੈਂ ਸਾਈਜ਼ ਆਰਡਰ ਕਰਦੀ ਹੁੰਦੀ ਹਾਂ ਇਹਨਾਂ ਦਾ 10 ਨੰਬਰ ਸ਼ਨੈਲ ਦੇ 10 ਨੰਬਰ ਆਉਂਦਾ ਆ ਉਹਦੇ ਪੈਰ ਥੋੜ੍ਹੇ ਪਾਥੀ ਪੈਰ ਆ ਮੋਟੂ ਪੈਰ ਆ ਲਓ ਆ ਲਓ ਸ਼ਨੈਲ ਦੀ ਜੁੱਤੀ ਨਾਲ ਖੇਡ ਲਾ ਅਸਕਰ ਇੱਧਰ ਆ ਜਾ ਇੱਧਰ ਬੈਠ ਕੇ ਖੇਡ ਲਾ ਵਿੱਚ ਜਿਵੇਂ ਹੁਣ ਮੈਂ ਤੁਹਾਨੂੰ ਪਤਾ ਹੀ ਆ ਮੇਕਅਪ ਦਾ ਕੰਮ ਕਰਦੀ ਹਾਂ ਤਾਂ ਮੰਮੀ ਮੈਂ ਕਾਰਡ ਰੱਖਣ ਨੂੰ ਨਹੀਂ ਜਿਵੇਂ ਬਿਜ਼ਨਸ ਕਾਰਡ ਰੱਖਣ ਨੂੰ ਕਾਰਡ ਹੋਲਡਰ ਮੰਗਾਇਆ ਹਾਂ ਟੇਬਲ 'ਤੇ ਐਂ ਰੱਖਣ ਹੁਣ ਆਪਣੇ ਕੋਲ ਕਾਰਡ ਹੈ ਨਹੀਂ ਜੇ ਫਿਲਹਾਲ ਬਣਾਉਣੇ ਦਿੱਤੇ ਹੋਏ ਆ ਅਤੇ ਐਂ ਵੁਡਨ ਦਾ ਵੁੱਡ ਦਾ ਬਣਿਆ ਹੋਇਆ ਅਤੇ ਇਹਦੇ ਵਿੱਚ ਕਾਰਡ ਰੱਖੇ ਜਾਣਗੇ ਜੇ ਰੱਖੇ ਜਾਂਦੇ ਅਤੇ ਵਿੱਚ ਮੇਰੇ ਕੋਲ ਕਾਰਡ ਹੁੰਦੇ ਤਾਂ ਮੈਂ ਤੁਹਾਨੂੰ ਦਿਖਾਉਣੇ ਸੀਗੇ ਵੀ ਕਿਵੇਂ ਲੱਗਦੇ ਹੈ ਨਾ ਮੰਮੀ ਫਿਰ ਜ਼ਿਆਦਾ ਆਈਡੀਆ ਹੋ ਜਾਣਾ ਸੀਗਾ ਇਹ ਜਿਹੜੀ ਵੀ ਰੱਖ ਸਕਦਾ ਹੈ ਨਾ ਮੰਮੀ ਆਫਿਸ ਦੇ ਵਿੱਚ ਹਾਂ ਇਹ ਦੇਖੋ ਕਿੰਨੀ ਸੋਹਣੀ ਕੁਆਲਿਟੀ ਦਾ ਮੈਨੂੰ ਸੋਹਣਾ ਲੱਗਿਆ ਸੀ ਮੰਮੀ ਅੱਜ ਕੱਲ੍ਹ ਤੂੰ ਖੇਡ ਲਾ ਤੁਸੀਂ ਕਹੋਗੇ ਹਰਮਨ ਕਿਵੇਂ ਗਾਹ ਪਾਈ ਜਾਂਦੀ ਹੈ ਮੈਸੇਜ ਕਰੀ ਜਾਂਦੇ ਘਰ ਫਿਰ ਬਾਅਦ ਤੋਂ ਸਾਰਾ ਚੱਕਣੇ ਹੁੰਦੇ ਉਦੋਂ ਆਸਕਰ ਨੇ ਸਾਨੂੰ ਵੀਡੀਓ ਬਣਾਉਣ ਨਹੀਂ ਸੀ ਦੇਣੀ ਮੈਂ ਕਿਹਾ ਚਲੋ ਮੰਮੀ ਕਹਿਣਗੇ ਪਟਾਰੇ 'ਚੋਂ ਸਮਾਨ ਕੱਢਦੇ ਇਕੱਠਾ ਨਹੀਂ ਕੱਢਦੇ ਮੰਮੀ ਆਹ ਤੁਸੀਂ ਖੋਲ੍ਹ ਕੇ ਦਿਓ ਇਹ ਉਹ ਆਪਣਾ ਇਹ ਮੈਂ ਨਾ ਆਪਣੇ ਜਿਹੜਾ ਸਪਾ ਬੈੱਡ ਹੁੰਦਾ ਜਿਹਦੇ ਉੱਪਰ ਮੈਂ ਆਈਲੈਸ਼ਿਸ਼ ਦਾ ਕੰਮ ਕਰਦੀ ਹਾਂ ਮਸਾਜ ਵਗੈਰਾ ਮਸਾਜ ਨਹੀਂ ਵੈਸੇ ਮੈਂ ਕਰਦੀ ਜਿਹੜਾ ਬੈੱਡ ਹੁੰਦਾ ਨਾ ਫੇਸ਼ੀਅਲ ਵਗੈਰਾ ਆਪਾਂ ਕਰ ਸਕਦੇ ਹਾਂ ਉਹਦੇ ਉੱਪਰ ਕਵਰ ਚਾੜਨ ਹੋਣ ਜਿਹਨਾਂ ਮੇਰੇ ਭੈਣਾਂ ਫੇਸ਼ੀਅਲ ਦਾ ਕੰਮ ਕਰਦੇ ਉਹ ਇਹ ਮੰਗਾ ਸਕਦੀਆਂ ਪਿੰਕ ਕਲਰ ਦੇ ਵਿੱਚ ਹਾਂ ਇਹ ਨਾ ਆਪਾਂ ਵਿਛਾਈ ਦੇਣਾ ਮੰਮੀ ਅੱਜ ਹਾਂ ਇਹਦੇ ਵਿੱਚ ਨਾ ਇੱਦਾਂ ਮੇਰਾ ਬੈੱਡ ਆ ਉਹਦੇ ਵਿੱਚ ਇੱਥੇ ਹੋਲ ਜਾ ਇਹਦੇ ਵਿੱਚ ਫੇਸ ਵਾਲਾ ਫਿਰ ਇੱਦਾਂ ਰੱਖ ਕੇ ਇੱਦਾਂ ਵਿਛ ਜਾਣਾ ਇਹਦਾ ਨਾ ਗੰਦਾ ਨਹੀਂ ਹੁੰਦਾ ਬੈੱਡ ਅਤੇ ਫਿਰ ਇਹਦੇ ਉੱਪਰ ਦੀ ਆਪਣੀ ਸ਼ੀਟ ਵਿਛਾ ਲਓ ਜਿਹੜੀ ਵੀ ਆਪਾਂ ਡਿਸਪੋਜ਼ੇਬਲ ਸ਼ੀਟ ਯੂਜ਼ ਕਰਦੇ ਹੁੰਦੇ ਹਾਂ ਇਹ ਮੈਨੂੰ ਵਧੀਆ ਲੱਗਿਆ ਸੀਗਾ ਅਤੇ ਇਹ ਮੰਗਾਇਆ ਸੀਗਾ ਜੀ ਇੱਕ ਇਹਦੇ ਵਿੱਚ ਕਲਰ ਕਾਫੀ ਸੀ ਮੈਂ ਚਲੋ ਗਰਲਿਸ਼ ਜਾਂ ਪਿੰਕ ਕਲਰ ਮੰਗਾ ਲਿਆ ਆ ਲਿਓ ਓਸਕਰ ਆਹ ਦੇਖੋ ਮੈਂ ਐਤਕੀ ਕਿੰਨੀਆਂ ਜ਼ਿਆਦਾ ਆਈਲੈਸ਼ਸ ਮੰਗਾਈਆਂ ਨੇ ਮੰਮੀ ਨੇ ਕਹਿਣਾ ਕਿ ਆਈਲੈਸ਼ਸ ਤੋਂ ਨਹੀਂ ਰੱਜ ਦੀ ਹਰਮਨ ਮੇਰੇ ਲੱਗ ਜਾਂਦੀਆਂ ਨੇ ਇਹ 'ਚ ਸਾਰੀਆਂ ਨੈਚੁਰਲ ਹੈਗੀਆਂ ਨੇ ਫਲੱਫੀ ਹੈਗੀਆਂ ਨੇ ਵੱਡੀਆਂ ਛੋਟੀਆਂ ਸਾਰੇ ਤਰ੍ਹਾਂ ਦੀਆਂ ਨੇ ਇਹ ਮੈਨੂੰ ਕਾਫੀ ਸੈੱਟ ਵੱਡਾ ਮੰਗਾਇਆ ਦੇਖੋ ਹੈ ਨਾ ਕਿੰਨੀਆਂ ਵਧੀਆ ਨੇ ਇਹ ਹਿਊਮਨ ਹੇਅਰ ਦੀਆਂ ਵੀ ਨਹੀਂ ਹੁੰਦੀਆਂ ਸਿੰਥੈਟਿਕ ਵੀ ਹੁੰਦੇ ਮਿਕਸ ਜਿਹਾ ਹੁੰਦਾ ਮੈਨੂੰ ਵਧੀਆ ਲੱਗਦੀਆਂ ਸੀਗੀਆਂ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਲੱਗਦੀ ਜਦੋਂ ਲਾ ਲੈਂਦੇ ਹਾਂ ਨਾ ਆਈਸ 'ਤੇ ਕਈ ਮੇਰੇ ਕੋਲ ਕਲਾਇੰਟ ਆਉਂਦੇ ਹੁੰਦੇ ਨੇ ਵੀ ਸਾਨੂੰ ਪੂਰੀਆਂ ਹੈਵੀ ਲਗਾਉਣੀਆਂ ਨੇ ਅਤੇ ਇੱਕ ਮੈਂ 10 ਹੋਰ ਮੰਗਵਾਈਆਂ ਨੇ ਇਹ ਕੈਟ ਆਈ ਵਾਲੀਆਂ ਨੇ ਜਿਵੇਂ ਫਰੰਟ ਤੋਂ ਮੰਮੀ ਛੋਟੀਆਂ ਨੇ ਤੁਹਾਨੂੰ ਬੈਕ ਤੋਂ ਵੱਡੀਆਂ ਦਿਖ ਰਹੀਆਂ ਨੇ ਸੋ ਇੱਕ ਇਹ ਮੰਗਾਈਆਂ ਨੇ ਮੈਂ ਇਹ ਵੀ ਮੈਨੂੰ ਵਧੀਆ ਲੱਗਦੀਆਂ ਹੁੰਦੀਆਂ ਨੇ ਮੰਮੀ ਆਹ ਚੀਜ਼ ਮੰਗਾਈ ਆ ਇਹ ਡੈਡੀ ਜੀ ਤੁਸੀਂ ਲਾ ਕੇ ਦਿਖਾ ਦਿਓ ਬਾਹਰ ਬੱਚਿਆਂ ਦੇ ਖੇਡਣ ਲਈ ਜਿਵੇਂ ਮੰਮੀ ਉਹ ਜਿਹੜਾ ਆਪਣੇ ਬਣਾਉਣਾ ਸੀ ਟੱਬ ਜਿਹਾ ਨਹੀਂ ਬਣਨਾ ਪਰ ਇਹਦੇ ਉੱਪਰ ਨਾ ਬੱਚੇ ਮੈਂ ਤੁਹਾਨੂੰ ਗਾਇਸ ਦੱਸ ਦਿਆਂ ਮੈਂ ਤੁਹਾਨੂੰ ਵੀਡੀਓ ਵੀ ਟੈਪ ਕਰ ਦੂੰਗੀ ਉੱਦਾਂ ਪਰ ਇਹ ਆਏ ਲਾ ਕੇ ਇੱਥੇ ਟੂਟੀ ਜਿਹੀ ਲੱਗ ਜਾਂਦੀ ਹੁੰਦੀ ਆ ਪਾਈਪ ਅਤੇ ਇਹਦੇ ਉਹਦੇ 'ਤੇ ਓਸਕਰ ਨੂੰ ਪਤਾ ਲੱਗ ਗਿਆ ਵੀ ਮੇਰੇ ਕੰਮ ਦੀ ਚੀਜ਼ ਆ ਇਹਦੇ ਵਿੱਚ ਤਾਂ ਪਾਣੀ ਆਉਂਦਾ ਆ ਅਤੇ ਪਾਣੀ ਦੇ ਵਿੱਚ ਬੱਚੇ ਖੇਡ ਸਕਦੇ ਆ ਸਾਰੇ ਡੋਲਫਿਨ ਬਣੇ ਆ ਟਰਟਲ ਬਣੇ ਆ ਸੋ ਕਹਿੰਦੇ ਹੁੰਦੇ ਨੇ ਵੀ ਤੁਸੀਂ ਆਪਣੀ ਚੋਇਸ ਦਾ ਜੋ ਵੀ ਸਮਾਨ ਮੰਗਾਉਣਾ ਉਹ ਮੰਗਾ ਸਕਦੇ ਹੋ ਅਤੇ ਓਸਕਰ ਦੇਖੋ ਆਹ ਹੀ ਚੀਜ਼ ਸਾਰਿਆਂ ਨੂੰ ਵਧੀਆ ਲੱਗੀ ਅਤੇ ਓਸਕਰ ਦੇਖੋ ਇਹਨੂੰ ਪਤਾ ਲੱਗ ਗਿਆ ਬੱਚਿਆਂ ਦੀ ਚੀਜ਼ ਡਿਸਕਾਊਂਟ ਕੋਡ ਯੂਜ਼ ਕਰੋਗੇ ਤਾਂ ਤੁਹਾਨੂੰ ਕਾਫੀ ਸਾਰਾ ਡਿਸਕਾਊਂਟ ਮਿਲੂਗਾ ਮੰਮੀ ਆਹ ਦੇਖੋ ਜੂੜੇ ਤੇ ਲਾਉਣ ਕਿੰਨਾ ਸੋਹਣਾ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਜਿਵੇਂ ਸੁੱਟਾਂ ਦੇ ਨਾਲ ਨੂੰ ਬੰਨ ਦੇ ਉੱਪਰ ਲਾਉਣ ਨੂੰ ਜੂੜੇ ਤੇ ਲਾਉਣ ਨੂੰ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਪਰਲਸ ਵਾਲੇ ਅਤੇ
ਆਹ ਦੇਖੋ ਜੀ, ਇੱਕ ਮੈਂ ਤੁਹਾਨੂੰ ਕੱਢ ਕੇ ਦਿਖਾ ਦਿੰਦੀ ਹਾਂ, ਅਤੇ ਕੋਈ ਵੀ ਆਹ ਵਾਲਾ ਕੱਢ ਕੇ ਦਿਖਾ ਦਿੰਦੀ ਹਾਂ, ਫਿਰ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜੂਗਾ ਕਿ ਤੁਸੀਂ ਕਿਵੇਂ ਲਾ ਸਕਦੇ ਹੋ। ਜਿਵੇਂ ਹੁਣ ਮੰਮੀ ਨੇ ਸਿੰਪਲ ਜੂੜਾ ਕੀਤਾ ਹੋਇਆ, ਇੱਧਰ ਨੂੰ ਕਰਿਓ ਮਾੜਾ ਜਿਹਾ ਸਿਰ ਆਪਣਾ, ਚਾਹੇ ਸਾਨੂੰ ਮੰਮੀ ਨੇ ਤਾਂ ਬਿਲਕੁਲ ਸਿੰਪਲ ਜੂੜਾ ਕਰਿਆ ਹੋਇਆ, ਪਰ ਜਦੋਂ ਵਧੀਆ ਜੂੜਾ ਜਿਵੇਂ ਐਂ ਕਰਿਆ ਫਿਰ ਉੱਪਰ ਦੀ ਪਾਏ ਕਰ ਸਕਦੇ, ਪਾਰਟੀ ਸ਼ਾਰਟੀ 'ਤੇ ਜਾਂਦੇ ਬਹੁਤ ਜ਼ਿਆਦਾ ਪਿਆਰਾ ਲੱਗਦਾ, ਠੀਕ ਹੈ ਜੀ। ਸੋ ਇੱਦਾਂ ਕਰਕੇ ਕੱਢ ਸਕਦੇ। ਇਹਦੇ ਵਿੱਚ ਮੈਂ ਸਾਰੇ ਮੰਗਵਾਏ ਨੇ, ਮੈਂ ਤੁਹਾਨੂੰ ਹੋਰ ਦਿਖਾਉਂਦੀ ਹਾਂ ਕਾਫੀ ਸਾਰੇ ਆ। ਇਹਦੇ ਵਿੱਚ ਮੈਂ ਇਕੱਲੀਆਂ ਸੂਈਆਂ ਵੀ ਮੰਗਵਾਈਆਂ ਨੇ, ਇੱਦਾਂ ਦੇ ਕਰਕੇ ਨਿੱਕੇ ਨਿੱਕੇ ਮੰਗਵਾਏ ਨੇ। ਕਈ ਵਾਰ ਕਿਸੇ ਨੂੰ ਹੁੰਦਾ ਕਿ ਮੈਂ ਵੱਡਾ ਲਵਾਉਣਾ ਆ, ਛੋਟਾ ਲਵਾਉਣਾ ਆ। ਸੋ ਆਹ ਦੇਖੋ ਕਿੰਨੇ, ਸੋ ਇਹ ਫਸਟ ਟਾਈਮ ਟੀਮੂ ਤੋਂ ਆਰਡਰ ਕੀਤਾ ਇਹ ਸਾਰਾ ਕੁਛ। ਆਹ ਨੇ ਜਿਹੜੀਆਂ ਇਹ ਇਕੱਲੀਆਂ ਸੂਈਆਂ ਨੇ, ਮਤਲਬ ਸੂਈਆਂ ਨਹੀਂ ਹੁੰਦੀਆਂ ਉਹਦੇ ਵਾਲੀਆਂ, ਆਹ ਦੇਖੋ ਯੂ ਪੈਨ ਜੂੜਾ ਪੈਨ ਆ, ਅਤੇ ਉੱਪਰ ਮਤਲਬ ਪਲਸ ਲੱਗੇ ਹੋਏ ਨੇ। ਇਹ ਵੀ ਮੈਨੂੰ ਸੋਹਣਾ ਲੱਗਿਆ ਸੀਗਾ ਕਾਫੀ। ਹਾਂ ਹੈਗੀ ਆ ਲਾਸਟ ਚੀਜ਼, ਸੋ ਇਹ ਹੈਗਾ ਪਰਸ। ਇਹ ਮੈਂ ਉਦਾਂ ਮੰਗਾ ਲਿਆ, ਪਰਸ ਆਪਣੇ ਕੋਲ ਬਹੁਤ ਸੀਗੇ ਪਰ ਮੈਨੂੰ ਉਈ ਆਹ ਲਈ ਕਾਫੀ ਵੱਡਾ ਲੱਗਿਆ, ਸਪੇਸ਼ੀਅਸ ਲੱਗਿਆ। ਮੈਂ ਕਿਹਾ ਚਲੋ ਇਹਦੇ ਵਿੱਚ ਔਸਕਰ ਦਾ ਸਮਾਨ ਸਮੂਨ ਕੀ ਗੱਲ ਬੰਦੇ ਨੇ ਲੈ ਕੇ ਜਾਣਾ ਹੁੰਦਾ ਵਧੀਆ ਖੁੱਲ੍ਹਾ ਡੁੱਲਾ। ਅਤੇ ਇਹਦੇ ਵਿੱਚ ਤੁਹਾਨੂੰ ਹੋਰ ਦੱਸਦੀ ਹਾਂ, ਇਹਦੇ ਵਿੱਚ ਇੱਦਾਂ ਦਾ ਇੱਕ ਆਹ ਵਾਲੀ ਚੀਜ਼ ਆ, ਲਾਈਕ ਇੱਦਾਂ ਮੈਂ ਚੱਕਣੀ ਹੋਵੇ ਹੈ ਨਾ, ਆਹ ਵੀ ਕਿੰਨਾ ਸੋਹਣਾ ਕੁੜੀਆਂ ਚਿੜੀਆਂ ਦੇ ਲਈ ਬਹੁਤ ਵਧੀਆ ਲੱਗਦਾ। ਆਹ ਦੇਖੋ ਇਹਦੇ ਵਿੱਚ ਖੋਲ੍ਹ ਕੇ ਇੱਦਾਂ ਹੈ। ਸੋ ਇਹਦੇ ਵਿੱਚ ਤੁਸੀਂ ਆਪਣੇ ਕਾਰਡਸ ਵਗੈਰਾ ਰੱਖ ਸਕਦੇ ਹੋ, ਠੀਕ ਆ। ਸੋ ਇੱਕ, ਅਤੇ ਇਹਦੇ ਵਿੱਚ ਦੋ, ਸੋ ਇੱਦਾਂ। ਆਹ ਦੂਜੇ ਨੰਬਰ 'ਤੇ ਆ ਗਿਆ ਕਾਪੀ ਪਰਸ, ਮੰਮੀ ਕਹਿੰਦੇ। ਅਤੇ ਇੱਕ ਤਿੰਨ, ਲਾਈਕ ਆ ਨਿੱਕਾ ਜਿਹਾ ਹੋਰ। ਸੋ ਜਿਵੇਂ ਇੱਦਾਂ ਫੜਨਾ ਹੋਵੇ ਡਰੈਸ ਡਰੁੱਸ ਨਾਲ, ਹੈ ਨਾ, ਸੋਹਣਾ ਲੱਗਦਾ ਨਾ, ਕਲਰ ਕਿੰਨਾ ਸੋਹਣਾ ਹੈ ਨਾ ਮੰਮੀ। ਤਿੰਨ ਅਤੇ ਆਹ ਚਾਰ, ਸੋ ਚਾਰ ਪੀਸ ਦਾ ਸੈੱਟ ਹੈਗਾ। ਸੋ ਤੁਸੀਂ ਇੱਦਾਂ ਦਾ ਪਰਸ ਮੰਗਵਾ ਸਕਦੇ, ਇਹਦੇ ਵਿੱਚ ਕਾਫੀ ਕੁਛ ਹੈਗਾ। ਸੋ ਕਾਫੀ ਮੈਨੂੰ ਵਧੀਆ ਲੱਗਿਆ ਸੀਗਾ। ਸੋ ਇਹ ਹੈਗਾ ਸੀਗਾ ਅੱਜ ਦਾ ਟੀਮੂ ਹੌਲ। ਜੇ ਤੁਹਾਨੂੰ ਵਧੀਆ ਲੱਗਿਆ ਦੈਨ ਕਮੈਂਟ ਕਰਕੇ ਤੁਸੀਂ ਸਾਰੇ ਜਣੇ ਜ਼ਰੂਰ ਦੱਸਿਓ। ਐਂਡ ਜੇ ਤੁਸੀਂ ਵੀ ਖਰੀਦਣਾ ਹੈਗਾ ਦੈਨ ਤੁਸੀਂ ਮੇਰਾ ਡਿਸਕਾਊਂਟ ਕੋਡ ਯੂਜ਼ ਕਰਨਾ ਜਮਾਂ ਨਾ ਭੁੱਲਿਓ। ਡਿਸਕ੍ਰਿਪਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਦੇ ਲਿੰਕ ਲਗਾ ਦਿੱਤੇ ਨੇ, ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਕਿਹੜੀ ਚੀਜ਼ ਕੀ ਆ, ਕਿੰਨੇ ਦੀ ਹੈਗੀ ਆ, ਅਤੇ ਉਹਨੂੰ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ। ਅਤੇ ਹਰ ਇੱਕ ਚੀਜ਼ 'ਤੇ ਮੈਂ ਪ੍ਰਾਈਜ਼ ਲਗਾਤਾ ਹੈ, ਸ਼ੂ ਤੋੜ ਦਿੰਦਾ, ਸਾਰੀ ਚੀਜ਼ਾਂ ਦੀ ਫੋਟੋ ਵੀ ਐਡ ਕੀਤੀ ਹੋਈ ਆ। ਤੁਸੀਂ ਉਹ ਫੋਟੋ ਦੇਖ ਕੇ ਤੁਹਾਨੂੰ ਪਤਾ ਲੱਗ ਜਾਣਾ ਕਿਹੜੀ ਚੀਜ਼ ਕਿੰਨੇ ਦੀ ਆ, ਠੀਕ ਹੈ। ਖਾਣਾ ਹਾਂਜੀ ਰੀਸ ਨਾਲ ਖਾਂਦੀ ਹੈ ਨਾ, ਜਿਹੜੀ ਵੱਡੇ ਵੱਡੇ ਚਮਚੇ ਖਾਣਾ ਸ਼ਨਾਲ ਹੋਈ ਪੂਰਾ ਬੜਾ। ਆ ਜਾਓ ਮੈਦਾਨ 'ਚ, ਕੋਈ ਨਿੱਕੇ ਆ, ਇਹ ਤਾਂ ਨਿੱਕੇ ਆ। ਆ ਜਾਓ ਮੈਦਾਨ 'ਚ, ਜਿਹਨੇ ਆਉਣਾ ਕਹਿੰਦੇ ਡੋਲੇ ਦੇਖੋ ਡੋਲੇ, ਐ ਕਰਦੇ ਡੋਲਾ ਕਰਦੇ। ਡੈਡੀ ਦਾ ਵੱਡਾ ਕਿ ਸ਼ਨਾਲ ਦਾ ਵੱਡਾ, ਐ ਕਰਦੇ। ਕੀ ਦਾ ਵੱਡਾ ਸ਼ਨਾਲ ਡੋਲਾ, ਗਾਣ ਕਰਕੇ ਇੱਥੇ ਕਰਦੇ। ਕੀ ਦਾ ਵੱਡਾ ਡੋਲਾ, ਕਿਵੇਂ ਖਾ ਖਾ ਕੇ ਮੋਟੇ ਡੋਲੇ ਕਰ ਲੈਣੇ ਆ, ਹਨਾ ਵੀ। ਚਲ ਹੋਰ ਲਿਆ ਕੇ ਆਦੇ ਮੰਮਾ, ਖਿਚੜੀ ਖਾਂਦਾ ਮੇਰਾ ਪੁੱਤ। ਚਲ ਆ ਜਾ ਬਈ, ਆਪਾਂ ਦਹੀਂ ਹੋਰ ਲੈ ਲਈ ਨਾਲ। ਆਈ ਨੀ ਖਿਚੜੀ ਬਣਾਈ ਹੋਈ ਸੀਗੀ ਅੱਜ, ਅਤੇ ਖਿਚੜੀ ਮੈਂ ਹੁਣ ਖਾਣੀ ਹੁੰਦੀ ਹਾਂ। ਗਾਇਸ ਤੁਹਾਨੂੰ ਸਾਰਿਆਂ ਨੂੰ ਦੱਸਿਆ ਨਾ, ਮੈਂ ਕਿਸੇ ਦਿਨ ਤੁਹਾਡੇ ਨਾਲ ਸਾਰੀ ਆਪਣੀ ਡਾਇਟ ਸ਼ੇਅਰ ਕਰੂੰਗੀ। ਸੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਖਾਣਾ ਚਾਹੀਦਾ, ਇਹ ਹੈਲਥ ਲਈ ਬਹੁਤ ਵਧੀਆ ਹੁੰਦਾ। ਇੰਨੀ ਖਿਚੜੀ ਮੈਂ ਰੱਖ ਲਈ, ਮੈਂ ਕੱਲ੍ਹ ਨੂੰ ਖਾ ਲੂੰਗੀ। ਚਲੋ ਹੁਣ ਫਿਰ ਦੁਬਾਰਾ ਤੁਹਾਨੂੰ ਲਿਆਤਾ ਸ਼ਨੈਲ, ਚਲੋ ਵੀ ਸਾਰਿਆਂ ਨੂੰ ਖਾ ਕੇ ਦਿਖਾ ਦਿਓ। ਸ਼ਨੈਲ ਕੀ ਖਾਣਾ ਚਾਹੀਦਾ ਦੱਸ ਦੇ ਸਾਰਿਆਂ ਨੂੰ। ਆਹ ਸ਼ਨੈਲ ਥੋੜਾ ਬੁਰਕਾ ਪਾ ਲਾ, ਮੈਂ ਪਹਿਲਾਂ ਖਾ ਲੂ ਸ਼ਨੈਲ ਤੋਂ। ਅੱਛਾ, ਫਿਰ ਸ਼ਨੈਲ ਉਦੋਂ ਵੀ ਵੱਡੇ ਵੱਡੇ ਖਾਂਦਾ, ਪਹਾੜ ਬਣਾ ਬਣਾ ਕੇ। ਪੁੱਤ ਕੋਈ ਨਾ, ਹੌਲੀ ਚਲ ਹੌਲੀ ਦਾ, ਇੱਕ ਮਿੰਟ ਤੈਨੂੰ ਸੈੱਟ ਕਰਕੇ ਦਿੰਨਾ ਮੈਂ। ਫਿਰ ਥੱਲੇ ਨਾਲ ਇਹਦੇ ਨਾਲ ਨੂੰ ਲਾ ਦੋ, ਹਾਂ ਸ਼ਨੈਲ ਦੇ ਕੋਲੇ ਇੱਕ ਮਿੰਟ। ਇਹ ਤਹੀਂ ਲਾ ਦਿਆ ਕਰੋ, ਲੋਡ ਕਰਤਾ ਸ਼ਨੈਲ ਨੂੰ ਅਸੀਂ ਪੂਰਾ। ਤਹੀਂ ਭੱਲਾ, ਤਹੀਂ ਭੱਲਾ, ਚੱਲ ਚੱਲ ਖਾ ਜੋ ਖਾ ਜੋ। ਓ ਮਾਈ ਗਾਡ, ਸ਼ਨੈਲ ਡੈਡੀ ਪੁੱਠੇ ਪੱਗੇ ਲਵਾ। ਗੁੱਡ, ਵੈਰੀ ਗੁੱਡ। ਸ਼ਨੈਲ ਦੀ ਨਾ ਫਰਾਕ, ਆ ਦੇਖੋ ਹੱਥ ਵੀ ਨਹੀਂ ਪੈਂਦੇ, ਇੰਨੀ ਫਸ ਗਈ, ਇਹ ਤਾਂ ਫਸ ਗਈ, ਮੋਟ ਹੋ ਗਿਆ ਤੂੰ। ਇਹ ਬਾਡੀ ਬਿਲਡਰ ਆ ਮੇਰਾ ਬੰਦਾ, ਬਾਡੀ ਬਿਲਡਰ ਡੋਲਾ। ਸ਼ਨੈਲ ਕੋਈ ਗਾਣਾ ਆਉਂਦਾ ਤੈਨੂੰ? ਗਾਣਾ
ਕੋਈ ਗਾਣਾ ਆਉਂਦਾ ਤੈਨੂੰ ਗਾਣਾ? ਮੇਰੇ ਕੋਲ ਸੀਗੇ ਅੱਜ ਕਲਾਇੰਟ, ਸੋ ਇਹਨਾਂ ਦੇ ਆਪਾਂ ਨੇ ਕਰਨੀਆਂ ਸੀ ਆਈਬ੍ਰੋਸ। ਤੁਸੀਂ ਪਹਿਲਾਂ ਚੰਗੀ ਤਰ੍ਹਾਂ ਦੇਖ ਲਓ ਇਹਨਾਂ ਦੀ ਬਿਫੋਰ ਲੁੱਕ, ਅਤੇ ਆਹ ਮੈਂ ਕੀਤੀਆਂ ਨੇ ਹੁਣ। ਸੋ ਆਪਾਂ ਕਲੀਨ ਕਰਾਂਗੇ, ਜਿਹੜਾ ਵੀ ਕਲਰ ਥੋੜ੍ਹਾ ਮੋਟਾ ਸਟੇਨ ਰਹਿ ਜਾਂਦਾ ਹੁੰਦਾ ਉਹਨੂੰ ਆਪਾਂ ਚੰਗੀ ਤਰ੍ਹਾਂ ਕਲੀਨ ਕਰਦੇ ਹਾਂ। ਸੋ ਮੈਂ ਲੈਸ਼ ਸ਼ੈਂਪੂ, ਜਿਹੜਾ ਆਈਬ੍ਰੋ ਸ਼ੈਂਪੂ ਹੁੰਦਾ, ਉਹ ਯੂਜ਼ ਕੀਤਾ। ਚੰਗੀ ਤਰ੍ਹਾਂ ਕਲੀਨ ਕਰਕੇ ਫੇਸ ਨੂੰ ਚੰਗੀ ਤਰ੍ਹਾਂ ਵਾਈਪ ਕਰ ਦੇਣਾ। ਫਿਰ ਦੇਖੋ ਕਲਰ ਹੁਣ ਬਿਲਕੁਲ ਨਹੀਂ ਉੱਤਰ ਰਿਹਾ, ਇਹ ਪਰਮਾਨੈਂਟ ਕਲਰ ਹੋ ਗਿਆ। ਅਤੇ ਇਹਦੇ ਉੱਪਰ ਆਪਾਂ ਲਾਵਾਂਗੇ ਐਨਸਥੈਟਿਕ ਜੈੱਲ। ਇਹ ਜੈੱਲ ਮੈਂ ਕਲਾਇੰਟ ਨੂੰ ਵੀ ਦੇਣੀ ਹੁੰਦੀ ਹੈ ਕਿ 5 ਕੁ ਦਿਨ ਤੁਸੀਂ ਲਗਾ ਕੇ ਰੱਖੋ, ਇਹ ਆਫਟਰ ਕੇਅਰ ਹੈਗੀ ਹੈ। ਤੁਸੀਂ ਵੀ ਦੱਸੋ ਕਿ ਤੁਹਾਨੂੰ ਕਿੱਦਾਂ ਲੱਗਿਆ, ਅਤੇ ਦੀ ਤੋਂ ਵੀ ਪੁੱਛਦੇ ਕਿੱਦਾਂ ਲੱਗਿਆ। ਅੱਜ ਆਪਣੇ ਕੋਲ ਆਏ ਸੀਗੇ ਰਾਜਵਿੰਦਰ, ਇਹਨਾਂ ਨੂੰ ਆਪਣੀ ਆਈਬ੍ਰੋਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕੰਸਰਨ ਸੀਗਾ ਕਿ ਮੈਂ ਲਾਈਕ ਡਾਰਕ ਨਹੀਂ ਜਾਣਾ, ਬੌਕਸੀ ਨਹੀਂ ਕਰਨੀਆਂ, ਹੈ ਨਾ। ਅਤੇ ਆਪਾਂ ਬਿਲਕੁਲ ਨੈਚੁਰਲ ਕੀਤੀਆਂ ਨੇ, ਅਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹਨਾਂ ਦੀ ਕੀਤੀਆਂ ਹੋਈਆਂ ਨੇ, ਹੈ ਨਾ, ਬਹੁਤ ਨੈਚੁਰਲ ਲੱਗ ਰਹੀਆਂ ਨੇ। ਮੈਂ ਤੁਹਾਨੂੰ ਥੈਂਕ ਯੂ ਸੋ ਮਚ, ਮੈਂ ਤੁਹਾਨੂੰ ਸਾਰਿਆਂ ਨੂੰ ਕਲੋਜ਼ ਅਪ ਲੁੱਕ ਦਿਖਾਉਣੀ ਹੈ। ਸੋ ਰਾਜਵਿੰਦਰ, ਇੱਦਾਂ ਲੱਗਦਾ ਹੈ ਕਿ ਜਿੱਦਾਂ ਨਾ ਪੋਮੇਟ ਜੈੱਲ ਨਹੀਂ ਹੁੰਦੀ, ਆਈਬ੍ਰੋ ਜੈੱਲ ਹੁੰਦੀ ਆ ਜਿਹੜੀ, ਡੇਬਰੋ ਜੈੱਲ, ਉੱਦਾਂ ਲਗਾਈ ਹੁੰਦੀ ਆ। ਬਹੁਤ ਹੀ ਨੈਚੁਰਲ ਲੱਗਦੀਆਂ ਨੇ, ਕਲਰ ਵੀ ਬਹੁਤ ਸੋਹਣਾ ਮੈਚ ਹੋਇਆ, ਤੁਹਾਨੂੰ ਵਧੀਆ ਲੱਗਿਆ ਜੀ? ਥੈਂਕ ਯੂ ਸੋ ਮਚ। ਓਕੇ ਗਾਇਜ਼, ਜੇ ਤੁਸੀਂ ਵੀ ਇੱਦਾਂ ਦੀ ਆਈਬ੍ਰੋਜ਼ ਕਰਵਾਉਣੀਆਂ ਨੇ, ਪਰਮਾਨੈਂਟ ਕਰਵਾਉਣੀਆਂ ਨੇ, ਕੋਈ ਵੀ ਤੁਸੀਂ ਪਾਊਡਰ ਕੰਬੀਨੇਸ਼ਨ ਕੁਛ ਵੀ ਕਰਵਾਉਣਾ, ਸੋ ਤੁਸੀਂ ਮੈਨੂੰ ਵਿਜ਼ਿਟ ਕਰ ਸਕਦੇ ਹੋ।